ਅਭੀ ਵੀ ਲੈ ਲੈ ਦੂਜੇ ਵੀ ਲੈ ਲੈ ਬਾਬਾ ਜੀ 20 ਵੀ ਮਿਲ ਰਹੇ ਆ ਇਹ 20 ਜਿਹੜੇ ਨਿਊਯਾਰਕ ਵਾਲੇ ਦਿਲ ਕਹਿੰਦੇ ਵੀ ਅਸੀਂ ਵੀ ਜਿਹੜਾ ਅੱਜ ਹਾਂ ਜਿਹੜੀ ਦੁਨੀਆ ਦੀ ਕਹਿ ਲੋ ਕਿ ਰਾਜਨੀਤੀ ਚੱਲਦੀ ਚੱਲਦੀ ਨਿਊਯਾਰਕ ਤੋਂ ਆ ਸਾਬ ਸਿਆ 150 ਡਾਲਰ ਹੋ ਗਿਆ ਕੈਨੇਡੀਅਨ ਹਾਂ ਹਾਂ ਜੀ ਲਓ ਜਸਦੀਪ ਤੇ ਦਲਰਾਜ ਸਿੰਘ ਇਹਦਾ ਖੜਾ ਆ ਬਾਬਾ ਵਿਧੀ ਚੰਦ ਸਾਹਿਬ ਗੱਤਕਾ ਖੜਾ ਇਧਰ ਸੱਜੇ ਪਾਸੇ ਜਿਹੜੇ ਆ ਮੇਰੇ ਜਸਦੀਪ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਗੱਤਕਾ ਖੜਾ ਆ ਦੋਏ ਮਹਾਕਾਲ ਸਿੰਘਾਂ ਦੇ ਇਹ ਫਰਜ਼ੰਦ ਗਾਹਾਂ ਆ ਬੱਲੇ ਤੁਹਾਡੇ ਮੁਕਾਬਲਾ ਹੋ ਰਿਹਾ ਜੀ ਬਾਬਾ ਜਰਨੈਲ ਸਿੰਘ ਜੀ ਕਹਿੰਦੇ ਸਾਫ ਗੇਮ ਖੇਡਣੀ ਆ ਸਾਂਝੇ ਬਾਰ ਨਹੀਂ ਬਾਰਨੇ ਜਦ ਤੱਕ ਬਿਸਲ ਨਹੀਂ ਬਾਜਦੀ ਜਦ ਤੱਕ ਕਿਸੇ ਨੇ ਬਾਰ ਨਹੀਂ ਬਾਰਨੇ ਹੈ ਜਸਦੀਪ ਸਿੰਘ ਬਹੁਤ ਧਿਆਨ ਨਾਲ ਹਦਾਇਤਾਂ ਸੁਣਦਾ ਹੋਇਆ ਦਲਰਾਜ ਸਿੰਘ ਬਾਬਾ ਜੀ ਦਰਸ਼ਨੀ ਨੌਜਵਾਨ ਔਸਗੁੱਡ ਲਾਅ ਸਕੂਲ ਦੇ ਵਿੱਚ ਇਹ ਵਕਾਲਤ ਦੀ ਡਿਗਰੀ ਇਸ ਵੇਲੇ ਲੈ ਰਿਹਾ ਆ ਇਹਨੇ ਦੇਖ ਲੈਣੇ ਕਿੱਥੇ ਤੇਰੇ ਬਾੜ ਪਏ ਆ ਇਕੱਲੇ ਇਕੱਲੇ ਦਾ ਪਰਚਾ ਪਾਉਣਾ ਸਰ ਜਸਦੀਪ ਸਿੰਘ ਧਿਆਨ ਨਾਲ ਜਸਦੀਪ ਸਿੰਘ ਵੀ ਯੂਨੀਵਰਸਿਟੀ ਦਾ ਵਿਦਿਆਰਥੀ ਆ ਜੀ ਇਹ ਯੂਨੀਵਰਸਿਟੀ ਵਾਟਰਲੂ ਦੇ ਵਿੱਚ ਚੇਰੀ ਵਿੱਦਿਆ ਲੈਂਦਾ ਲੁਧਿਆਣੇ ਨਾਲ ਲੁਈਧਿਆਣਾ ਇਹਦਾ ਜਿਹੜਾ ਜ਼ਿਲ੍ਹਾ ਆ ਇਧਰਲੇ ਪਾਸੇ ਜਫਣਾ ਜਿਹੜੀ ਜਲੰਧਰ ਦੇ ਕੋਲ ਪਿੰਡ ਆ ਉੱਥੋਂ ਦਾ ਦਰਰਾਜ ਸਿੰਘ ਦਾ ਪਿਛੋਕੜ ਆ ਵਾਹ ਵੀ ਵਾਹ ਅੱਜ ਬਾਬਾ ਜੀ ਸੰਗਤ ਨੂੰ ਦੱਸਦੀ ਹੈ ਭਾਈ ਸਾਹਿਬ ਭਾਈ ਪ੍ਰਦੀਪ ਸਿੰਘ ਜੀ ਜੋ ਕਿ ਕਾਡਰੇ ਨਿਊ ਜਰਸੀ ਸਿੰਘ ਸਭਾ ਗੁਰੂ ਘਰ ਬਹੁਤ ਸੇਵਾ ਕਰਦੇ ਆਪ ਜੀ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਚ ਜਿਹੜਾ ਕਾਫੀ ਫਸਿਆ 30 ਸਕਿੰਟਾਂ ਦੇ ਵਿੱਚ ਜੇ ਕੁਛ ਕੁ ਪੁਆਇੰਟ ਇੱਧਰ ਉੱਧਰ ਹੋਏ ਆ ਇੱਕ ਪੁਆਇੰਟ ਦਾ ਫਰਕ ਆ ਇੱਕ ਪਾਸੇ ਜਸਦੀਪ ਸਿੰਘ ਟੋਰਾਂਟੋ ਦੂਜੇ ਪਾਸੇ ਦਰਰਾਜ ਸਿੰਘ ਟੋਰਾਂਟੋ ਆ ਉਹਦਾ ਨਾਂ ਦੋਨਾਂ ਨੇ ਟੋਰਾਂਟੋ ਦਾ ਲਿਖਾਇਆ ਪਰ ਸ਼ਹਿਰ ਇਹਨਾਂ ਦੇ ਅੱਡ ਅੱਡ ਆ ਤੇ ਮਨੋਰਥ ਵੀ ਇਹਨਾਂ ਦੇ ਅੱਡ ਅੱਡ ਆ ਇੱਕ ਕਹਿੰਦਾ ਮੈਂ ਆਪਣੇ ਸ਼ਹਿਰ ਨੂੰ ਕੱਪ ਲੈ ਕੇ ਜਾਣਾ ਆ ਸਰਾਰਤੀ ਅੰਸ ਨੇ ਲੱਗਦਾ ਅੰਸਰ ਨੇ ਭਾਜਰ ਪਾਤੀ ਸਿੰਘਾਂ ਨੂੰ ਪਰ ਇਦਾਂ ਨਹੀਂ ਅਸੀਂ ਵੀ ਅੰਸ ਜਿਹੜੇ ਆ ਅੰਸਰ ਜਿਹੜੇ ਸਾਰੇ ਕਾਬੂ ਹੋ ਜਾਣੇ ਆ ਇੱਕ ਇੱਕ ਕਰਕੇ ਇਹੋ ਜਿਹੀ ਕੋਈ ਗੱਲ ਨਹੀਂ ਜੇ ਸ਼ਰਾਰਤੀ ਅੰਸਰ ਛੱਡੋਗੇ ਉਹਨਾਂ ਦਾ ਇਲਾਜ ਵੀ ਹੈਗਾ ਆਪਣੇ ਕੋਲ ਸੋ ਬੇਨਤੀ ਆ ਸੁਸਾਧ ਸਿੰਘ ਜੀ ਹੱਲੇ ਜਿਹੜਾ ਬੀਬੀਆਂ ਦਾ ਮੈਨੂੰ ਲੱਗਦਾ ਸੀਨੀਅਰ ਗਰੁੱਪ ਆ ਉਹਦੀ ਹੱਲੇ ਸਪਿਨਿੰਗ ਵੀ ਹੋਣੀ ਆ ਕਿ ਜੂਨੀਅਰ ਦੀ ਸਪਿਨਿੰਗ ਉਹ ਹੋਣੀ ਬਾਬਾ ਜੀ ਕਹਿੰਦੇ ਫਾਈਟਰ ਰਹਿ ਗਈਆਂ ਹੁਣ ਨਾ ਫਾਈਟਰ ਰਹਿ ਗਈਆਂ ਬਾਬਾ ਜੀ ਮੈਸੇਜ ਆ ਗਿਆ ਕਹਿੰਦੇ ਸੀਨੀਅਰ ਸਿੰਘਾਂ ਦਾ ਜਿਹੜਾ ਵਿਨਿੰਗ ਰਾਊਂਡ ਆ ਵਿਨਰਸ ਰਾਊਂਡ ਆ ਇਹ ਤੋਂ ਬਾਅਦ ਹੋਣਾ ਆ ਇਸ ਸਮੇਂ ਸਿੰਘਾਂ ਦਾ ਲੂਜ਼ਰ ਰਾਊਂਡ ਚੱਲ ਰਿਹਾ ਇਸ ਤੋਂ ਬਾਅਦ ਸਿੰਘ ਜਿਹੜੇ ਹਾਲ ਤੱਕ ਨਹੀਂ ਹਾਰੇ ਬਾਬਾ ਜੀ ਉਹਦਾ ਕੋਠਾ ਗੁਰੂ ਭਾਈ ਸਾਹਿਬ ਭਾਈ ਗੁਰਕੀਰਤ ਸਿੰਘ ਜੀ ਉਹਨਾਂ ਨੇ $100 ਲਾਤਾ ਮੈਚ ਤੇ ਆਹਾ ਕਹਿੰਦੇ $100 ਮੇਰੇ ਵੱਲੋਂ ਕੋਠਾ ਗੁਰੂ ਬਾਬਾ ਜਸਦੇਵ ਸਿੰਘ ਜੀ ਵੇਖ ਲਓ ਕਿੱਦਾਂ ਕਰਨੀ ਆ ਤੁਸੀਂ ਕੈਨੇਡਾ ਦਾ ਮੈਚ ਬਾਬਾ ਜੀ ਆਹਾ ਜਸਦੀਪ ਸਿੰਘ ਤੇ ਦਲਰਾਜ $100 ਬਾਬੇ ਜਸਦੇਵ ਸਿੰਘ ਨੇ ਵੀ ਰਾਜਨੀਤੀ ਕਹਿੰਦੀ ਕਹਿੰਦੇ ਗੁਰਕੀਰਤ ਸਿੰਘ ਆਪਣੇ ਭਰਾ ਕਿਹੜੀ ਗੱਲ ਹੈ ਬਾਬਾ ਜੀ ਇਹ ਸਾਰੇ ਕੈਨੇਡਾ ਵਾਲੇ ਆ ਵੇਖ ਲਓ ਕਿਤੇ $100 ਕੈਨੇਡੀਅਨ ਹੈ ਕਿ ਅਮਰੀਕਨ ਆ ਇਹਦੀ ਵੀ ਕਲੈਰੀਫਿਕੇਸ਼ਨ ਚਾਹੀਦੀ ਆ ਉੱਥੇ ਆਪਣੇ ਗੁਰਕੀਰਤ ਸਿੰਘ ਜੀ ਕੈਨੇਡਾ ਵਾਲੇ ਆ ਕੈਸ਼ ਮਿਲੂਗਾ ਕੈਸ਼ ਬਾਬਾ ਜੀ ਨੇ ਸੋਨੇ ਦੀ ਮੁੱਠੀ ਦੀ ਸ੍ਰੀ ਸਾਹਿਬ ਰੱਖਤੀ ਬਾਬਾ ਜੀ ਕਹਿੰਦੇ ਜਿੱਥੇ ਜੁੱਧ ਕਰਾਇਆ ਜਾਊਗਾ ਉੱਥੇ ਐਲਾਨ ਕਰਾਂਗੇ ਕੀ ਕਰਨਾ ਆ ਸਾਹਿਬ ਸ੍ਰੀ ਅਕਾਲ ਬਾਬਾ ਜੀ ਮਜ਼ਾ ਆ ਗਿਆ ਗੱਲ ਸੁਣ ਕੇ ਜਿਹੜਾ ਚੈਂਪੀਅਨ ਜੁੱਧ ਦਾ ਹੁੰਦਾ ਬਾਬਾ ਜੀ ਬਾਬਾ ਜਸਦੇਵ ਸਿੰਘ ਜੀ ਚੇਚੇ ਤੌਰ ਤੇ ਸ਼ੇਰ ਦੀ ਖਾਲ ਤੇ ਬਿਹਾਲਦੇ ਆ ਜਿਹੜਾ ਸ਼ੇਰ ਬਾਬਾ ਜੀ ਨੇ ਆਪਣੇ ਹੱਥੀ ਮਾਰਿਆ ਬਾਬਾ ਜੀ ਨੇ ਕੋਈ ਮਹਾਂਪੁਰਸ਼ ਕੋਈ ਸਾਧੂ ਕੋਈ ਸੰਤ ਕੋ ਮਹਾਤਮਾ ਕੋਈ ਫਕੀਰ ਕੋ ਪੈਗੰਬਰ ਕੋ ਔਲੀਆ ਇਦਾਂ ਨਹੀਂ ਛੱਡਿਆ ਜਿਹੜਾ ਬਰਾਜਮਾਨ ਕੀਤਾ ਹੋਵੇ ਉਸ ਉਧਰ ਫੇਰ ਦੀ ਖਾਲ ਤੇ ਉਧਰ ਕੋਠਾ ਗੁਰੂ ਜੀ ਨੇ ਨਾਲ ਮੈਸੇਜ ਪਾਤਾ ਕਹਿੰਦੇ ਕੈਨੇਡੀਅਨ $100 ਪਹਿਲੇ ਬਾਬਾ ਜੀ ਮੈਂ ਪਹਿਲੇ ਹੀ ਕਿਹਾ ਸੀ ਸਾਰੇ ਕੈਨੇਡਾ ਵਾਲੇ ਇਹਨਾਂ ਨੂੰ ਫੜ ਲਓ ਪਹਿਲੇ ਹੀ ਨਹੀਂ ਨਹੀਂ ਬਾਬਾ ਜੀ ਕੈਨੇਡੀਅਨ ਤੇ ਕੈਨੇਡੀਅਨ ਚੇਂਜ ਰੇਟ ਨਹੀਂ ਪੈਂਦਾ ਪੇਗਾ ਹਾਂ ਬਾਬਾ ਜੀ ਦੀ ਬਹੁਤ ਦੂਰ ਰੰਜੇ ਸੀ ਬਾਬਾ ਜੀ 100 ਕੈਨੇਡੀਅਨ ਦਾ ਤਾਂ ਇੱਥੇ ਦੁੱਧ ਵੀ ਨਹੀਂ ਮਿਲਦਾ ਨਹੀਂ ਨਹੀਂ ਬਾਬਾ ਜੀ ਇੰਨਾ ਮਾੜਾ ਵੀ ਨਹੀਂ ਹੈ ਕਿਤੇ ਬਰੋਬਰ ਹੁੰਦਾ ਸੀ ਕੋਈ ਨਹੀਂ ਅਸੀਂ ਕਰ ਦੇਣਾ ਬਰਾਬਰ ਫਿਰ ਛੇਤੀ ਟਰੰਪ ਵਾਲਿਆਂ ਤੋਂ ਫੇਰ ਗੱਲ ਬਣਦੀ ਹੈ ਸਾਡੀ ਬਾਬਾ ਜੀ ਉਹ ਕਿਹਾ ਦਰਜੀ ਤੇ ਉਹਦੇ ਕੁੜਤੇ ਪਜਾਮੇ ਹੋਣ ਵਾਲੇ ਟੈਟ ਉਹ ਬਾਬਾ ਜੀ ਕੁੜਤੇ ਪਜਾਮੇ ਟੈਟ ਨਹੀਂ ਹੋਣੇ ਆਪਣੇ ਬਾਲ ਰੰਗਾਣੇ ਆ ਗੱਲ ਤਾਂ ਬਾਲਾਂ ਦੀ ਬਾਬਾ ਜੀ ਝੁੱਲਦੇ ਫਿਰਦੇ ਹਵਾ ਜੀ ਕੋਈ ਨਹੀਂ ਐਤਕੀ ਬਾਈਡਨ ਨੇ ਉਹਨੂੰ ਪੁੱਠਾ ਕਰਕੇ ਪੋਚਾ ਫੇਰਦਾ ਉਹਦੇ ਬਾਲਾਂ ਦਾ ਬਾਬਾ ਜੀ ਕਹਿੰਦੇ ਬਾਈਡਨ ਅਸੀਂ ਟੱਪ ਜਵੇ ਮਾਰੇ ਕਿਰਪਾ ਕਰਨ ਸਦੋ ਜੀ ਸਾਧ ਸੰਗਤ ਜੀ ਸੰਗਤਾਂ ਬਹੁਤ ਸ਼ਰਧਾ ਭਾਵਨਾ ਨਾਲ ਇੱਧਰ ਦੇਖੋ ਸੇਵਾਵਾਂ ਕਰ ਰਹੀਆਂ ਆ ਸੋ ਮਹਾਰਾਜ ਕਿਰਪਾ ਕਰੇ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ ਸਾਡੇ ਅਤੀ ਸਤਿਕਾਰਯੋਗ ਉਹਨਾਂ ਦੇ ਧਰਮ ਸੁਪਤਨੀ ਸਾਡੇ ਮਾਨਯੋਗ ਭੈਣ ਜੀ ਉਹ ਸੇਵਾਵਾਂ ਕਰ ਰਹੇ ਨੇ ਰਾਤੀ ਭਾਈ ਖਜਾਨ ਸਿੰਘ ਨੇ ਪੀਜੇ ਦੀ ਸੇਵਾ ਕੀਤੀ ਸੋ ਖਾਲਸਾ ਜੀ ਬਹੁਤ ਸਾਰੇ ਸੇਵਾਦਾਰ ਬਹੁਤ ਰੰਗ ਰਤਨੀਆਂ ਰੂਹਾਂ ਕਿਉਂਕਿ ਇਹ ਪ੍ਰੋਗਰਾਮ ਉੱਦਾਂ ਦਾ ਲਿਖਿਆ ਨਹੀਂ ਜਾਂਦਾ ਸੋ ਖਾਲਸਾ ਜੀ ਮਹਾਰਾਜ ਕਿਰਪਾ ਕਰਨ ਸੋ ਸਾਰਿਆਂ ਦੇ ਸਹਿਯੋਗ ਦੇ ਨਾਲ ਤਨ ਮਨ ਧਨ ਕਰਕੇ ਤੁਸੀਂ ਮੈਦਾਨੇ ਜੰਗ ਦੇ ਮੇਨ ਆਰਗੇਨਾਈਜ਼ਰ ਭਾਈ ਰਣਜੀਤ ਸਿੰਘ
अते होर जिनी उन्हां दी टीम आ तुसी किस तरह की सेवा करनी चाहते हैं तुसी सेवा दे विच योगदान पाओ। फोटोशूट जिहड़ा आ मैदाने जंग दा जिहड़ा पिछे बैनर लगा आ 5 बजे तक फोटोशूट जिहड़ी आ चलूगी तुसी उत्थे फोटोशूट करा सकते हैं। सो इस तरह न्याणियां वास्ते भी जिहड़ियां खेडां आ सो वह लैके आंदियां होईयां ने बहुत वधिया वधिया प्रबंध। सो इस वेले मैदाने जंग अते गुरु घर दे सेवादार महाराज कृपा करने इसे तरह ही 9 साल बाद 9 साल पहला हाँ। बाबा जसदेव सर ने इतने युद्ध कराया सी हाँ। 9 साल बाद इतने जंग होया बाबा जी ते 9-9 पॉइंट तो ही नौजवानों दे ऐसे पहले टाइमिंग दी खेड़ यार 9-9-9 बाबा जी 9 आए हो जा चीज़ है 9 बात ही जानता 9-9-9-9 की थी 18-19 हो जानते हैं बाकी अखर सारे कर दे जानते हैं 108 नंबर बाबा जसदेव सिंह होना था वाह जी वाह ये जड़ी समझा जाने समझ के बाकी तो उत्तर होंगी क्या बाबा जी बिशन बची पॉइंट का शरा धनराज सिंह जी जिन्होंने ला का जरा डिग्री करते हैं सो जिन्होंने चश्मा लाया आ नीले रंग का उन्होंने आसमानी रंग का बाणा पाया तो दूजे पासे जसदीप सिंह जी ये जसदीप सिंह जी होनी जे भाई जसदेव सिंह दे गां पछा इधरों उधरों शिगिरद आ क्यों बाबा जी इदा ही बाबा जी सारे इन्हों के शिगिरद आ टोरंटो हाँ पछा कर लो सारे शिगिरद इन्होंने वाह जे बाबा जी ब्रैम्पटन बंद होने लगा सका धक्का ला के भाई जसदेव सिंह ने शुरू कराया बाबा जी ट्रूडो भी इन्होंने शिगिरद बाबा जी कैलीफोर्निया गए क्योंकि इन्हों का इनला परिवार कैलीफोर्निया रहा जगारा निकल गया बाबा जी कहते जिथे मौसम वधिया उथे शेर की खाल से बह के भगती करन दा आनंद वधू आ बहुत आता बाबा जी इन्होंने घरे शेर दियां खल्लां पईयां बाबा अवतार सिंह की विधि चंदी महापुरशों भी जाके बह के आए सो उस वेले शेर की खाल की जिहड़ी प्राइस है तां चुकी गई सो संगत ने जो दर्शन किए वर्ल्ड वाइड है और खालसा जी जे शस्त्र जड़े सो खालसा जी ये महाराज व्यापार बख्शिश किया चलो जसदीप सिंह दलराज सिंह इधर देखो कैनेडियन आ बाबा जी इधर इधर आ प्रिंस का जो नवा बाबा जी ने नोट कटिया जो नवा राजा बने ना अपना हुण क्वीन एलिजाबेथ तो बाद किंग चार्ल्स तो लॉन्ग लिव द किंग एदा बाबा जी नोट $100 का मैं चेक कर लाया इधर भी सीन देख दिया असली नोट वा बाबा गुरकीरत सिंह जी ने इतने सानू पेश करता वे कोठा गुरु जी तानिया हाँ। तो भाई गुरकीरत सिंह जी कोठा गुरु जिन्होंने भाई अमृतपाल सिंह खालसा वीर जो साढ़े जिन्होंने वारस पंजाब जथेबंदी के आगू उन्होंने नाल 3.5 महीने जौल साहब पंजाब दे विच जाके कनेडा का नौजवान आ सारी कवरेज की उन्हें बड़ी कृपा आ इत्थे आके 2 महीने पहला जिन्हां साडियां कैलीफोर्निया दियां यूनिवर्सिटियां UCLA आ इस तरह यूसी सैंडियागो आ UOP आ UC बर्कली आ UC डेविस आ जिन्हिया यूनिवर्सिटियां उन्होंने जाके इन्होंने जाके प्रचार किया उन्होंने बच्चों दसिया कि साढ़े नाल धक्का हो रहा हाँ जी हाँ जी बाबा जी इदा गल कर दी है बाबा जंगवीर सिंह जी महापुरश इन्होंने जिस वेले शहीद बाबा दीप सिंह गतका अखाड़े की उतो शुरुआत की जंग का जरा अपना इस तो पहला युद्ध टूरनामेंट हुए आज तो 20 साल पहला शुरू उन्होंने श्री मान बाबा जंगवीर साहब के नाल बाबा जसदेव सिंह जी इन्होंने शुरू किए आ टूरनामेंट से थावान से नॉर्थ अमेरिका में प्रचारे गए आता बाबा जी के रजेवे हो गए परिवार बाबा जी गृहस्थी हो गए नहीं तो बाबा जी ने भी अमृतपाल सिंह मगर मोर्चा खोल देना सी बाबा जी भावे गृहस्थी हो गए फुटी हमेशा इन्होंने मोढ़े से रहती है बाबा हाँ जी एक कहते जब अकाली फूला सिंह साहब श्री अकाल तख्त साहब के थेदार खालसा जी जिस तरह उन्होंने अखीरला समा आया मुठे से हथ लिया कहते बाबा जसदेव सिंह जी कहते जो मर्जी हो जाए दुनिया इधर की उधर हो सकती है पर जसदेव सिंह 3 फुटी श्री साहब कोल ही रखूगा बाबा जी कि हो सकता नाले बाबा जी विशेष तौर पर स्वागत करते हैं जथेदार बाबा रघुवीर सिंह जी महाकाल जी का महाकाल जी आप जी स्टेज पर आ जाओ जे हवा के बिल्ले ठंडे ठंडे शुरू हो चुके हैं भाई जसदेव आए थे जोड़ा ये शहीद बाबा दीप सिंह जी गतका खड़ा आ जेदे ये विद्यार्थी आ भाई जसदीप सिंह जी तो भाई दलराज सिंह जी ये दोनों विद्यार्थी आ ये खड़ा बाबा निशान सिंह जी बैठे आ दलराज सिंह जी स्कारपुरो तो बाबा जी स्कारपुरो ठीक है जी ये बाबा बिरसन साहब गतका खड़ा सो इन्हों का सिस्टम के अपडेट करने वाला आ बाबा विधि चंद छीना गुरु का सीना सो भाई जसदीप सिंह जी जो बाबा दीप सिंह जी गतका खड़ा वह पुराना खड़ा टोरंटो चलता है तो जे इस वेले गुरबाणी की बेअदबी करने वाला आशुतोष नूर मैलिया पखंडी ने जो सोधा लाने वास्ते बाबा निशान सिंह अते होर सिंह ने मारन नाल उस वेले जत्थे दे सिंह गए तो केस पै गया बाबे कनेडा आए तो उदा बाबा निशान सिंह जी दस रहे हैं कि उस वेले जो बाबा दीप सिंह जी गतका खड़ा है यदि आरंभता की गई तो बाद साढ़े अति सत्कारयोग जो कि सानू बड़े छोटे समय के जो विछोड़ा दे गया बड़े तगड़े दामदमी टकसाल के गतकई हुए आ सो बाबा टक्की जी जिन्हां दी बहुत वड्डी
देणिया खालसा जी, बाबा चरणजीत सिंह जी, बाबा चरणजीत सिंह जी टक्की जी, वो भी खालसा जी ट्रांटो दे बैठ जिन्ना टाइम वो थोड़े महीने ट्रांटो दे थोड़े महीने सरीज रहे आ अज भी कोठा गुरु नूं पुछ के वेख लो लोकी याद करदे आ। बिल्कुल बाबा जी 20 साल उन्हां दे जिहड़ा गतका अकैडमी आ शुरू होई आ, बाबा जसदेव सिंह दे 20 साल इस साल पूरे होए आ। सो जी 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 अगले साल पूरे होने आ बाबा जी कहिंदे सरी दे बैठ। हां बिशन बजी डगदा डगदा मैदान च मुकाबले दा जेतू जांदा जांदा कर गया कुछ जसदीप सिंह, दूजे पासे साडा दलराज सिंह वीर जिहड़ा आ ओह भी सात श्री अकाल। इस तो अगे जिहड़ा प्रोग्राम है जूनियर सिंघां दे सैमीफाइनल होने आ ते जूनियर कौर बीबियां दे सैमीफाइनल होने आ। तुहाडे जिहड़े नां आ नहीं बाबा जी पिछों इशारा आ रहा कि जिहड़ी इनफॉर्मेशन सानूं मिली है जानकारी मिली है गलत मिली है, ताज़ा ताज़ा खबर आई है कि सीनियर सिंघस विनर राउंड 4 जिहड़े सिंघ हाले तक नहीं हारे उन्हां नूं बेनती है कि तुसीं आ जाओ। उस तो बाद जूनियर सिंघां दे सैमीफाइनल आ, उस तो बाद जूनियर बीबियां दे सैमीफाइनल आ, अगों जिहड़ा हथ जोड़न वाला इमोजी आ ਉਹ ਸਾਨੂੰ ਆ ਚੁੱਕਿਆ ਕਿ ਹੱਥ ਜੋੜ ਕੇ ਬੇਨਤੀ ਹੈ ਕਿ ਜਿੰਨੇ ਵੀ ਖਿਡਾਰੀ ਆ ਜੂਨੀਅਰ ਸਿੰਘ ਜਿਹੜੇ ਹਾਲ ਤੱਕ ਨਹੀਂ ਹਾਰੇ ਉਹਨਾਂ ਦੀ ਵਾਰੀ ਆ। ਉਸ ਤੋਂ ਬਾਅਦ ਜੂਨੀਅਰ ਸਿੰਘਾਂ ਦਾ ਸੈਮੀਫਾਈਨਲ ਆ, ਉਸ ਤੋਂ ਬਾਅਦ ਜੂਨੀਅਰ ਬੀਬੀਆਂ ਦਾ। ਸਾਰੇ ਖਿਡਾਰੀਆਂ ਨੂੰ ਬੇਨਤੀ ਹੈ ਕਿ ਆਪਣੇ ਧਿਆਨ ਦੇ ਕੇ ਆਪਣਾ ਇਹ ਨਾਂ ਵੱਲ ਧਿਆਨ ਦੇ ਕੇ ਤੁਸੀਂ ਆਪ ਹੀ ਮੈਦਾਨ 'ਚ ਆ ਜਾਓ। ਰੈਫਰੀ ਸਾਹਿਬਾਨਾਂ ਨੂੰ ਬੇਨਤੀ ਹੈ, ਬਾਬਾ ਜੀ ਅਮਰ ਸਿੰਘ ਜੀ ਇੱਕ ਸਕਿੰਟ ਜਿਹੜਾ ਸਮਾਂ ਤੁਹਾਡੇ ਕੋਲ ਲਾਂਗੇ। ਜਿਹੜੇ ਰੈਫਰੀ ਸਾਹਿਬਾਨ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਮੈਦਾਨ 'ਚ ਆ ਕੇ ਸੀਟੀ ਮਾਰ ਦਿਓ ਖਿਡਾਰੀ ਨੂੰ ਪਤਾ ਲੱਗ ਜਾਏ ਕਿ ਮੈਦਾਨ 'ਚ ਉਹੜੀ ਉਹਨਾਂ ਦੀ ਹੋ ਰਹੀ ਆ। ਹਾਂਜੀ ਬਾਬਾ ਜੀ, ਬਾਬਾ $100 ਜਿਹੜਾ ਆ ਪਿਛਲੇ ਮੈਚ ਦਾ ਜੇਤੂ ਜਸਦੀਪ ਸਿੰਘ ਆ ਜਾ ਲੈ ਜਾ ਵੀ ਆਪਾਂ, ਉਹਨਾਂ ਨੂੰ ਬੇਨਤੀ ਆ ਸ਼੍ਰੀਮਾਨ ਬਾਬਾ ਚਰਨਜੀਤ ਸਿੰਘ ਜੀ ਜਿਹੜੇ ਟੋਰਾਂਟੋ ਵਾਲੇ ਭਾਈ ਜਸਦੇਵ ਸਿੰਘ ਦੇ ਨਾਲ ਬੜਾ ਲੰਬਾ ਸਮਾਂ ਜਿਨ੍ਹਾਂ ਨੇ ਬੜਾ ਲੰਬਾ ਸਮਾਂ ਜਦੋਂ ਵੀ ਆਉਂਦੇ ਹੁੰਦੇ ਸੀ ਕੈਲੀਫੋਰਨੀਆ ਬਾਬਾ ਜਸਦੇਵ ਸਿੰਘ ਦੇ ਨਾਲ ਹੀ ਆਉਂਦੇ ਹੁੰਦੇ ਸੀ। ਤੋ ਉਹ ਇਸ ਵੇਲੇ ਜਸਦੀਪ ਸਿੰਘ ਨੂੰ $100 ਕੋਠਾ ਗੁਰੂ ਜੀ ਵੱਲੋਂ ਕੈਨੇਡੀਅਨ ਦਿੱਤਾ ਗਿਆ ਤੇ ਬੇਨਤੀ ਕਰਦੇ ਆ ਅਸੀਂ ਬਾਬਾ $20 ਜਿਹੜੇ ਆ ਆ ਬਾਬਾ ਜੀ ਆ ਵੀ ਲੈ ਜਾਓ ਤੇ 20 ਨਾਲ ਤੈਨੂੰ ਦਿਲਰਾਜ ਸਿੰਘ ਜੀ ਤੁਸੀਂ ਸਾਡੇ ਤੇ ਕੇਸ ਨਾ ਕਰਦੇ ਵੀ ਉਸੇ 20-20 ਵਰਤਾਏ ਜਾਂਦੇ ਸੀ ਤਾਂ ਮੈਨੂੰ ਨਹੀਂ ਵਰਤਾਏ ਬਾਬਾ ਲਾਅ ਸੂਟੇ ਕਰਦੇ ਆ ਫੇ ਇਹ ਬਾਬਾ ਜੀ ਜਿਹੜੇ ਹੁੰਦੇ ਨਾ ਵਕਾਲਤ ਵਾਲੇ ਇਹ ਬਚ ਕੇ ਰਹੋ ਨਾ ਤੇ ਆ ਜਾ ਬਾਬਾ ਜੀ ਬਾਬਾ ਰਗਵੀਰ ਸਿੰਘ ਜੀ ਮਹਾਂਪੁਰਸ਼ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੀ ਸਟੇਜ ਤੇ ਆ ਜਾ ਬਾਬਾ ਜੀ ਇੱਕ ਬੰਦੇ ਬਾਬਾ ਰਗਵੀਰ ਸਿੰਘ ਨੂੰ ਬੇਨਤੀ ਆ ਸਟੇਜ ਤੇ ਆ ਬਾਬਾ ਜੀ ਬਾਬਾ ਜੀ ਬਾਬਾ ਮਾਂ ਕਾ ਜੀ ਆਓ ਇੱਧਰ ਸੋ ਬੇਨਤੀ ਆ ਸੋ ਜਦੋਂ ਬਾਬਾ ਜੋਗਾ ਸਿੰਘ ਜੀ ਮੌਜੂਦਾ ਜਿਹੜੇ ਨਵੇਂ ਮੁਖੀ ਬਣੇ ਆ ਬਾਬਾ ਬਕਾਲਾ ਸਾਹਿਬ ਦੇ ਜਦੋਂ ਪਹਿਲਾ ਫਰਨਾ ਦਿੱਤਾ ਬਾਬਾ ਰਗਵੀਰ ਸਿੰਘ ਹੁਣਾਂ ਨੇ ਦਿੱਤਾ ਆ ਬਾਬਾ ਜੀ ਬਹੁਤ ਲੰਬੇ ਸਮੇਂ ਸ਼੍ਰੀਮਾਨ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਮਹਾਂਪੁਰਸ਼ਾਂ ਦੇ ਗਨਮੈਨ ਰਹੇ ਆ ਤੇ ਇਹਨਾਂ ਦਾ ਪਿੰਡ ਬੋਣਪੱਤੀ ਨਾਲੇ ਆ ਮਾਲਪੁਰ ਦੇ ਹਰੀਆਂ ਬੇਲਾਂ ਦੇ ਲਾਗੇ ਤੋਂ ਬਾਬਾ ਜੀ ਕੈਨੇਡਾ ਬੜੇ ਲੰਬੇ ਸਮੇਂ ਤੋਂ ਇਹ ਉੱਥੇ ਸੇਵਾ ਕਰ ਰਹੇ ਆ ਦਾਸ ਦੇ ਵੀ ਗੱਤਕੇ ਦੇ ਉਸਤਾਦ ਆ ਤੇ ਹੈਮਿਲਟਨ ਗੁਰਦੁਆਰਾ ਸਾਹਿਬ ਆਏ ਸੀਗੇ ਉਸ ਤੋਂ ਬਾਅਦ ਬਿਨੇ ਪੈਕ ਦੇ ਵਿੱਚ ਮੇਸਾ ਸਿੱਧਾ ਤਰਨਾ ਦਲ ਹਰੀਆਂ ਬੇਲਾਂ ਨਾਂ ਦਾ ਇਹਨਾਂ ਦਾ ਗੱਤਕਾ ਅਖਾੜਾ ਵੀ ਚੱਲਦਾ ਆ ਬਿਨੇ ਪੈਕ ਸ਼ਹਿਰ ਦੇ ਵਿੱਚ ਉੱਥੇ ਬਾਬਾ ਜੀ ਹੁਣ ਫਿਰ ਮੁੜ ਕੇ ਟੋਰਾਂਟੋ ਆ ਗਏ ਆ ਸੋ ਬਾਬਾ ਜੀ ਇਸ ਵੇਲੇ ਚੇਚੇ ਤੌਰ ਤੇ ਇਸ ਟੂਰਨਾਮੈਂਟ ਨੂੰ ਦੇਖਣ ਦੇ ਲਈ ਸ਼ਮੂਲੀਅਤ ਕਰਨ ਦੇ ਵਿੱਚ ਆਏ ਆ ਬਾਬਾ ਜੀ ਨੂੰ ਜੀ ਆਇਆਂ ਨੂੰ ਨਾਲ ਨਾਲ ਸ਼੍ਰੀਮਾਨ ਬਾਬਾ ਚਰਨਜੀਤ ਸਿੰਘ ਜੀ ਮਹਾਂਪੁਰਸ਼ ਬਾਬਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ ਉਸ ਜਥੇਬੰਦੀ ਨਾਲ ਸੰਬੰਧ ਰੱਖਦੇ ਬਾਬਾ ਜੀ ਆਪ ਬੜੇ ਤਕੜੇ ਗਤਕਈ ਆ ਢੰਡ ਕਸੇਲ ਪਿੰਡ ਬਾਬਾ ਜੀ ਦਾ ਪਰ ਟੋਰਾਂਟੋ ਦੇ ਜੰਪਲ ਬਾਬਾ ਜੀ ਵੀ ਚੇਚੇ ਤੌਰ ਤੇ ਸਾਡੇ ਪਾਸ ਪੁੱਜੇ ਆ ਲਓ ਜੀ ਬਾਬਾ ਜੀ ਜੀ ਆਇਆਂ ਨੂੰ ਸਾਰੇ ਮਹਾਂਪੁਰਸ਼ਾਂ ਦਾ ਹਾਂਜੀ ਸੋ ਇੱਕ ਮਿੰਟ ਸਾਡੇ ਅਤੀ ਸਤਿਕਾਰ ਜੋ ਬਾਬਾ ਜੀ ਭਾਈ ਰਣਜੀਤ ਸਿੰਘ ਜੀ ਨੂੰ ਬੇਨਤੀ ਆ ਭਾਈ ਰਣਜੀਤ ਸਿੰਘ ਮੈਦਾਨੇ ਜੰਗ ਵਾਲੇ ਆ ਜਾਓ ਬਾਬਾ ਜੀ ਸਟੇਜ ਤੇ ਲੱਗਦਾ ਬਾਬਾ ਜੀ ਬੀਜ਼ੀ ਨੇ ਇਸ ਵੇਲੇ ਸਰੋ ਜਿਹੜੇ ਖਿਡਾਰੀਆਂ ਦਾ ਨਾਂ ਅਨਾਊਂਸ ਹੋਇਆ ਤੁਹਾਨੂੰ ਆਪਣੇ ਨਾਂ ਦਾ ਪਤਾ ਹੈ ਤੁਹਾਨੂੰ ਬੇਨਤੀ ਆ ਜਿਹੜੇ ਰੈਫਰੀ ਸਾਹਿਬਾਨ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਤਿਆਰ ਬਰ ਤਿਆਰ ਰਹੋ ਕਿਉਂਕਿ ਅਗਲਾ ਜਿਹੜਾ ਪ੍ਰੋਗਰਾਮ ਹੈ ਆਪਾਂ ਜਾਰੀ ਰੱਖਣਾ ਫਾਈਟਾਂ ਦੀ ਜਿਹੜੀ ਲੜੀ ਆ ਉਹ ਇਦਾਂ ਚੱਲਦੀ ਰਹਿਣੀ ਚਾਹੀਦੀ ਹੈ 2 ਮਿੰਟ 2 ਮਿੰਟ 2 ਮਿੰਟ ਕਰਦੇ ਕਰਦੇ ਅੱਜ ਤਾਂ ਜਿਹੜਾ ਸ਼ਾਮ ਦਾ ਪ੍ਰੋਗਰਾਮ ਆ ਉਹ ਆਪਾਂ ਸ਼ਾਮ ਨੂੰ ਫਤਿਹ ਕਰ ਦੇਣਾ ਆ ਲਓ ਜੀ ਗੁਰਜੋਤ ਸਿੰਘ ਬਨਾਮ ਮੋਕਮ ਸਿੰਘ ਮੋਕਮ ਸਿੰਘ ਕੈਲੀਫੋਰਨੀਆ ਗੱਤਕਾ ਦਲ ਬਨਾਮ ਕੈਲੀਫੋਰਨੀਆ ਗੱਤਕਾ ਦਲ ਮੋਕਮ ਸਿੰਘ ਨੇ ਟੱਪਤਾ ਰਸਾ ਆਉਣ ਲੱਗਾ ਲਾਗੇ ਅਖਾੜੇ ਦੇ ਆ ਜਾਓ ਨੌਜਵਾਨੋ ਹੱਥ ਸੱਚੇ ਕਰਕੇ ਲਓ ਜੀ ਬਾਬਾ ਮੋਕਮ ਸਿੰਘ ਜੀ ਜੁਝਾਰੂ ਜੋਧੇ ਆ ਗਏ ਆ ਬਾਬਾ ਜੀ ਨੇ ਡਾਲਰਾਂ ਦਾ ਮੀਂਹ ਵਿਖਾਤਾ ਸੀਗਾ ਪਿਛਲੀ ਗੇਮ ਦੇ ਵਿੱਚ ਇੱਕ ਪਾਸੇ ਜਿੱਤੇ ਤੇ ਖਿਡਾਰੀਆਂ ਤੇ
माया का मीह बरस रहा। दूजे पासे भाई जसदीप सिंह ते भाई सतनाम सिंह जी इंडियाना तो जिन्होंने $10,000 की सेवा करके ये प्रोग्राम उलीकिया आ उनका बहुत बहुत धन्यवाद आ। $10,000 बाबा जी ये वे प्रोग्राम उलीकन बहुत टाइम बहुत समा बहुत सेवा बहुत माया लगती आ। सो जिन्होंने अपने खजाने सो असी बहुत धन्यवाद करते हैं। साढ़े इस समागम के मैं दास दर्शन कर गया तो उधर दरबार के दर्शन किए तो भाई भगवान सिंह जी जौल उन्होंने दर्शन हुए तो दास ने बेनती की भी प्रोग्राम चलता साड़ी शख्सियत आ। उन्होंने इस वे मैदान जंग के मेन ऑर्गेनाइजर भाई रणजीत सिंह जी सम्मान कर रहे हैं। बोले सो निहाल बहुत धन्यवाद करते हैं पंजाब दे विच। सो वह सेवावान जड़ियाँ आ सो वह दवाते आ। सो असी महाराज कृपा करने इस तरह ही इन्हों होर चढ़ती कला बख्शिश कर। तोप छड़न लगे आ हाँ जी। सो आइए आप मैदान के बच्चे बाबा मनरूप सिंह जी कौड़ी तकड़ी मैंने देखते थे कहते कराइए मैच शुरू। मैं क्या बाबा जी जिदा आप जी का हुक्म है बाबा मनरूप सिंह बाबा मोहकम सिंह जी नोट गिन हो गए कि नहीं हजे हजे चलता कम पिछे।